ਆਪ ਕਰਨੇ ਆ ਤੇ ਨਾ ਕਿਸੇ ਨੂੰ ਕਰਨਾ। ਦੂਜਾ ਸਿਸਟਮ ਮਨੀ ਸਰਕੂਲੇਸ਼ਨ ਪਲੱਸ ਪ੍ਰੋਡਕਟ, ਮੈਂਬਰ ਬਣਾਉਣ ਦੀ ਸਕੀਮ ਹੁੰਦੀ ਆ, ਠੱਗੀ ਮਾਰਨ ਵਾਸਤੇ ਨਾਲ ਇੱਕ ਦੋ ਹਵਾ ਦੇ ਪ੍ਰੋਡਕਟ ਰੱਖ ਦਿੰਦੇ ਆ, ਉਹ ਵੀ ਦਿਖਾਈ ਨਹੀਂ ਦਿੰਦੇ, ਉਹ ਕੰਪਿਊਟਰ ਦੇ ਵਿੱਚ ਹੀ ਦਿਖਾਈ ਦਿੰਦੇ ਆ। ਬੜੇ ਪੈਸੇ ਆਉਣਗੇ ਪਰ ਪ੍ਰੋਡਕਟ ਦਿਖਾਈ ਨਹੀਂ ਦਿੰਦੇ, ਉਹ ਵੀ ਹਵਾ 'ਚ ਹੀ ਹੁੰਦੇ ਆ। ਬੜੇ ਪੈਸੇ ਆਉਣਗੇ, ਕਰਾ ਦੇ ਫਲਾਣੇ ਨੇ ਲੱਖ ਲਾਇਆ ਸੀ ਉਹਦਾ 2 ਲੱਖ ਹੋ ਗਿਆ ਪਰ ਉਹ ਦਿਖਾਈ ਨਹੀਂ ਦਿੰਦਾ, ਫਲਾਣੇ ਨੇ 2 ਲਾਇਆ ਸੀ ਉਹਦਾ 5 ਹੋ ਗਿਆ ਪਰ ਦਿਖਾਈ ਨਹੀਂ ਦਿੰਦਾ, ਸਾਰਾ ਕੁਛ ਹਵਾ 'ਚ ਹੁੰਦਾ। ਸਾਡਾ ਮਿਸ਼ਨ ਕਹਿੰਦਾ ਇਹੋ ਜਿਹਾ ਕੰਮ ਵੀ ਨਾ ਦੇ ਆਪ ਕਰਨਾ ਤੇ ਨਾ ਆਪਣੇ ਕਿਸੇ ਭੈਣ ਭਰਾ ਨੂੰ ਕਰਨਾ। ਇਹ ਕੰਪਨੀਆਂ ਕਿਉਂ ਭੱਜਦੀਆਂ? 1978 ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਇੱਕ ਪ੍ਰਾਈਜ ਐਂਡ ਚਿੱਟ ਫੰਡ ਐਕਟ ਪਾਸ ਕੀਤਾ ਸੀ ਜਿਹਦੇ ਮੁਤਾਬਕ ਕੋਈ ਕਿਸੇ ਨੂੰ ਮੈਂਬਰ ਬਣਾ ਕੇ ਉਹਦੀ ਜੇਬ ਤੋਂ ਪੈਸੇ ਨਹੀਂ ਕੱਢ ਸਕਦਾ। ਪਰ ਅੱਜ ਵੀ ਇਹ ਸਕੀਮਾਂ ਚੱਲ ਰਹੀਆਂ ਕਿਉਂਕਿ ਹਿੰਦੁਸਤਾਨ ਹੈ, ਬੜਾ ਧਾਰਮਿਕ ਦੇਸ਼ ਹੈ, ਇੱਥੇ ਠੱਗੀ ਕਦੀ ਵੀ ਬੰਦ। ਜਿੰਨਾ ਧਾਰਮਿਕ ਦੇਸ਼ ਹੋਏਗਾ ਉਨੀ ਠੱਗੀ ਜ਼ਿਆਦਾ ਹੋਏਗੀ, ਜਿੰਨਾ ਧਾਰਮਿਕ ਸ਼ਹਿਰ ਹੋਏਗਾ ਉਨੀ ਠੱਗੀ ਜ਼ਿਆਦਾ ਹੋਏਗੀ, ਕਿਉਂਕਿ ਧਰਮ ਦੇ ਨਾਂ 'ਤੇ ਠੱਗੀਆਂ ਵੱਜਦੀਆਂ। ਜਿਹੜੀ ਜਾਣਕਾਰੀ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਇਹ ਹੈ 100% ਸ਼ੁੱਧ ਵਪਾਰ